ਸਰਪੰਚੀ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਸ ਤੋਂ ਪਹਿਲਾਂ ਹੀ ਵਾਪਰ ਗਿਆ ਇਹ ਵੱਡਾ ਹਾਦਸਾ। ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਦਾ ਕੀਤਾ ਗਿਆ ਕਤਲ। ਪੱਟੀ ਤੋਂ ਚੁਣਿਆ ਗਿਆ ਸੀ ਸਰਬਸੰਮਤੀ ਨਾਲ ਸਰਪੰਚ, ਜਿਸ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਜਦੋਂ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕ ਸਰਪੰਚ ਦੇ 6 ਤੋਂ 7 ਗੋਲੀਆਂ ਲੱਗੀਆਂ ਸੀ ਤੇ ਦੱਸਿਆ ਜਾ ਰਿਹਾ ਹੈ ਜੋ ਸਰਪੰਚ ਦੇ ਨਾਲ ਉਸਦਾ ਦੋਸਤ ਸੀ ਉਸਦੇ ਵੀ ਗੋਲੀਆਂ ਲੱਗੀਆਂ ਨੇ। ਉੱਥੇ ਹੀ ਪੁਲਿਸ ਵੱਲੋਂ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਸਹੀ ਤੇ ਜਲਦੀ ਜਾਂਚ ਕਰਕੇ ਮੁਜਰਮ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ। ਇਹ ਕਹਿਣਾ ਹੈ ਪੁਲਿਸ ਦਾ। ਸਰਪੰਚੀ ਚੋਣਾਂ ਨੇੜੇ ਆ ਗਈਆਂ, ਕਰੀਬ ਹਫ਼ਤਾ ਰਹਿ ਗਿਆ ਤੇ ਇਸ ਦੌਰਾਨ ਕਈ ਵੱਡੇ ਹਾਦਸੇ ਵਾਪਰ ਰਹੇ ਨੇ। ਹੁਣ ਪੁਲਿਸ ਇਸ ਬਾਰੇ ਕੀ ਕਾਰਵਾਈ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੱਟੀ ਤੇ ਸਰਾਲੀ ਮੋੜ ਦੇ ਲਾਗੇ ਜਿਹੜੀ ਫਾਇਰਿੰਗ ਹੋਈ ਹੈ, ਉਹਦੇ ਵਿੱਚ ਡਿਟੇਲਡ ਇਨਫੋਰਮੇਸ਼ਨ ਆਉਣ 'ਤੇ ਪਤਾ ਲੱਗਿਆ ਕਿ ਇੱਕ ਰਾਜਵਿੰਦਰ ਸਿੰਘ ਜੋ ਕਿ ਆਪਣੀ ਕਾਲੀ ਵਰਨਾ ਗੱਡੀ ਦੇ ਵਿੱਚ ਬਲੋਕ ਪੱਟੀ ਤੋਂ ਆਪਣੇ ਜਿਹੜੇ ਘਰ ਜਾ ਰਹੇ ਸੀਗੇ, ਉਹਨਾਂ ਉੱਤੇ ਜਿਹੜੇ ਪਿੱਛੋਂ ਜਿਹੜੇ ਪਲੈਟੀਨਾ ਮੋਟਰਸਾਈਕਲ 'ਤੇ 3 ਅਨਨੋਨ ਜਿਹੜੇ ਅਣਪਛਾਤੇ ਨੌਜਵਾਨ ਆਏ ਨੇ, ਉਹਨਾਂ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ 'ਤੇ ਜਿਹੜੀ ਹੈਵੀ ਫਾਇਰਿੰਗ ਕੀਤੀ ਹੈ, ਜਿਹਦੇ ਵਿੱਚ ਰਾਜਵਿੰਦਰ ਸਿੰਘ ਨੂੰ ਕਾਫੀ ਗੋਲੀਆਂ ਲੱਗੀਆਂ ਜਿਨ੍ਹਾਂ ਦੀ ਜਿਹੜੀ ਮੌਤ ਹੋ ਗਈ ਸੀ। ਉਹਨਾਂ ਜਿਹੜੇ ਗੱਡੀ ਚਲਾ ਰਹੇ ਸੀ ਸਾਰੇ ਸਿੰਘ, ਉਹਨਾਂ ਨੂੰ ਵੀ ਗੋਲੀਆਂ ਜਿਹੜੀ ਵੱਜੀਆਂ ਹੈਗੀਆਂ। ਮੁੱਢਲੀ ਤਫਤੀਸ਼ ਤੋਂ ਬੇਸਿਕਲੀ ਹੋਣ ਤੋਂ ਬਾਅਦ ਜਿਹੜਾ ਸਟੇਟਮੈਂਟ ਰਿਕਾਰਡ ਕਰਕੇ ਇਮੀਡੀਏਟਲੀ ਅਸੀਂ ਜਿਹੜਾ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਰਹੇ ਹਾਂ। ਸਰ ਆਈਡੈਂਟੀਫਾਈ ਹੋਗਾ? ਨਹੀਂ, ਹਜੇ ਤੱਕ ਆਈਡੈਂਟੀਫਾਈਡ ਨਹੀਂ ਹੈਗੇ ਆ, ਉਹਦੇ 'ਤੇ ਅਸੀਂ ਵਰਕ ਕਰ ਰਹੇ ਹਾਂ। ਸਰ, ਇੱਕ ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ 'ਚ ਕੋਈ ਦੱਸੋ ਵਾਲੀ, ਉਹ ਇਹਦੀ ਜ਼ਿੰਮੇਵਾਰੀ ਲੈ ਰਹੇ? ਨਹੀਂ, ਅਜੇ ਤਫਤੀਸ਼ ਦਾ ਮੁੱਦਾ ਹੈ, ਕਲੀਅਰ ਕਰਕੇ ਤੁਹਾਨੂੰ ਦੱਸਾਂ। ਸਰ, ਜਿਹੜੇ ਰਾਜ ਗਿੱਲ ਜਿਹਨਾਂ ਦੀ ਮੌਤ ਹੋਈ ਹੈ, ਕੀ ਇਹ ਪਹਿਲੇ ਕਿਸੇ ਪਰਚੇ 'ਚ ਨੋਮੀਨੇਟ ਸੀ ਜਿਹੜਾ ਇੱਥੇ ਗੈਂਗਵਾਰ ਹੋਈ ਸੀ ਜਿਹਦੇ 'ਚ?